ਚੱਲ ਜਗਿਆ, ਤੈਨੂੰ ਸਿੱਧਾ ਹਸਪਤਾਲ ਲੈ ਕੇ ਜਾਵਾਂ। ਓਏ ਨਹੀਂ ਓ ਰੋਸ਼ਨਾ, ਉੱਥੇ ਪੁਲਿਸ ਦਾ ਛਾਪਾ ਵੱਜੇਗਾ। ਹਟ ਜਾ ਪਿਛਾ, ਮੈਂ ਤੁਹਾਡਾ ਦੁਸ਼ਮਣ ਨਹੀਂ, ਮੈਂ ਤੁਹਾਡਾ ਸੱਜਣ। ਇਹਨੂੰ ਕੁਝ ਨਾ ਆਖੀ ਓਏ। ਨਹੀਂ ਅਸੀਂ ਜੰਗਲਾਂ ਦੇ ਆਦੀ ਆ, ਸਾਨੂੰ ਜੰਗਲਾਂ ਚ ਹੀ ਰਹਿਣ ਦੇ। ਚਲਾ ਜਾ, ਬਹੁਤ ਖੂਨ ਨਿਕਲਣ ਡਿਆ। ਨਿਕਲਣ ਦੇ ਖੂਨ, ਉਹ ਬਦਮਾਸ਼ਾਂ ਦਾ ਖੂਨ ਐਵੇਂ ਨਿਕਲਦਾ ਰਹਿੰਦਾ। ਯਾਰ ਪੱਟੀ ਬੰਨ ਕੇ ਸਾਡਾ ਦਿਲ ਜਿੱਤ ਲਿਆ। ਚੱਲ ਰੋਸ਼ਨਾ ਚੱਲੀਏ। ਚੱਲ ਉੱਠ ਯਾਰ ਦੇ ਮੋਢੇ ਨਾਲ ਲੱਗ ਜਾ। ਓ ਭਾਈਆ, ਕੀ ਨਾਂ ਹੈ ਤੇਰਾ? ਮੇਰਾ ਨਾਂ ਬਾਬਾ ਹੈਲਮਟ। ਬਾਬਾ ਹੈਲਮਟ, ਜ਼ਿੰਦਗੀ ਚ ਕਦੀ ਜੱਗੂ ਬਦਮਾਸ਼ ਦੀ ਲੋੜ ਪਵੇ ਤੇ ਰੇਗਿਸਤਾਨ ਦੇ ਜੰਗਲਾਂ ਦੇ ਵਿੱਚ ਆਣ ਕੇ ਇੱਕੋ ਵਾਰੀ ਆਖੀ ਜੱਗੂ ਬਦਮਾਸ਼। ਠੀਕ ਹੋ ਗਿਆ ਜੀ। ਜੱਗੂ ਬੋਲ ਰੋਸ਼ਨਾ। ਚੱਲ ਤੇਰਾ ਜ਼ਖਮ ਭਰ ਗਿਆ, ਇੱਕ ਮਹੀਨਾ ਹੋ ਗਿਆ ਆਪਾਂ ਨੂੰ ਦੇਸ਼ ਤੋਂ ਬਾਹਰ ਫਿਰਦਿਆਂ ਨੂੰ। ਉੱਥੇ ਵੈਰੀਆਂ ਨੇ ਅੱਤ ਚੁੱਕੀ ਹੋਣੀ ਆ। ਉਹਨਾਂ ਵੈਰੀਆਂ ਦੀ ਵੀ ਐਸੀ ਦੀ ਤੈਸੀ। ਚੱਲੀਏ। ਓਏ ਬੰਨ ਲੈ ਲਾਚਾ, ਐ ਲੈ ਫੜ ਲੈ ਗੰਡਾਸਾ। ਓ ਮੈਂ ਗੱਭਰੂ ਸ਼ੇਰ ਪੰਜਾਬ ਦਾ, ਮੈਨੂੰ ਕੁੱਲ ਜ਼ਮਾਨਾ ਜਾਣਦਾ। ਓ ਇਧਰ ਨਿਕਲੇ ਵਿੱਚ ਮੈਦਾਨ ਦੇ, ਰੱਬ ਰਾਖਾ ਮੇਰੀ ਆਂਦਾ। ਓਏ ਬਾਬਾ ਅਸੀਂ ਕੌਣ ਹੁੰਦੇ ਆ? ਤੁਸੀਂ ਮੇਰੇ ਭਤੀਜੇ ਹੁੰਦੇ ਜੇ? ਅਸੀਂ ਜੋ ਤੇਰੇ ਭਤੀਜੇ ਆ। ਅੱਛਾ, ਤੇਰੇ ਹੱਥ ਜੋ ਇੱਕ ਕੁੜੀ ਦਾ ਰਿਸ਼ਤਾ ਆਇਆ ਸੀਗਾ, ਹਾਂ ਸਾਡੇ ਤਿੰਨਾਂ ਦੇ ਵਿੱਚ ਕੀ ਭਰਾਈ ਸੀਗੀ, ਤੂੰ ਮੇਰਾ ਹੀ ਰਿਸ਼ਤਾ ਖਰਾਬ ਦਿੰਦਾ। ਓਏ ਤੂੰ ਕੰਮ ਕੀ ਕਰਦਾ? ਮੈਂ ਕਸਾਈ ਆ। ਉਹ ਕਸਾਈਆ ਤੂੰ ਆਪ ਤੇ ਰਾਜਦਾ ਨਹੀਂ, ਘਰ ਦੇ ਤੇਰ ਤੋਂ ਤੰਗ ਨੇ, ਫੁੱਟੀ ਕੌੜੀ ਤੂੰ ਘਰ ਨਹੀਂ ਦਿੰਦਾ, ਤੇ ਤੇਰਾ ਰਿਸ਼ਤਾ ਕਰਾ ਦਿੰਦਾ ਸ਼ੀਸ਼ੇ ਰੰਗੀ ਕੁੜੀ ਨਾਲ। ਬਾਬਾ ਮੇਰਾ ਹੀ ਕਰਾ ਦਿੰਦਾ, ਕਿੱਧਰ ਆ ਇੱਧਰ। ਤੂੰ ਕੀ ਕੰਮ ਕਰਦਾ? ਮੈਂ ਜ਼ਿਮੀਦਾਰਾ ਕਰਨਾ, ਹੋਰ ਮੈਂ ਕੀ ਕਰਨਾ। ਓਏ ਗੱਲ ਸੁਣ ਮੇਰੀ, ਉਹ ਸ਼ੀਸ਼ੇ ਰੰਗੀ ਕੁੜੀ ਆ, ਉਹ ਤੇਰੇ ਨਾਲ ਕਿੱਦਾਂ ਵਿਆਹ ਦਿੰਦਾ? ਪੂਰੇ ਮਹੀਨੇ ਦੇ ਵਿੱਚ ਇੱਕ ਪੱਤ ਕੱਢਦਾ ਤੂੰ, ਤੇ 40 ਪੇਸੀਆਂ ਹੁੰਦੀਆਂ ਪੱਤ ਦੇ ਵਿੱਚ, ਤੇ ਤੇਰੇ ਨਾਲ ਰਿਸ਼ਤਾ ਉਹ ਕਿੱਦਾਂ ਕਰਾ ਦਿੰਦਾ? ਤਾਂ ਤੂੰ ਫਿਰ ਮੇਰਾ ਹੀ ਕਰਾ ਦਿੰਦਾ, ਇੱਧਰ ਆ ਇੱਧਰ। ਤੂੰ ਕੀ ਕੰਮ ਕਰਦਾ? ਮੈਂ ਡਰਾਈਵਰੀ ਕਰਨਾ। ਓਏ ਤੈਨੂੰ ਕੁੜੀ ਕਿਸੇ ਕੀ ਦੇਣੀ ਸੀਗੀ? ਮੇਰੇ ਰੰਗਾ ਸ਼ਾਹ ਕਾਲਾ ਤੂੰ ਏ, ਉਹ ਕੁੜੀ ਦੇ ਕੇ ਤੈਨੂੰ ਰੋੜ ਨਹੀਂ ਸੀਗੀ? ਉਹ ਜਾਓ ਕੋਈ ਕੰਮ ਕਰੋ, ਐਵੇਂ ਮੇਰਾ ਦਿਮਾਗ ਨਾ ਖਰਾਬ ਕਰੋ, ਜਾਓ ਕੰਮ ਕਰੋ। ਜੇ ਅਸੀਂ ਤਿੰਨੇ ਏਡੇ ਬੁਰੇ ਆ ਨਾ, ਤੇ ਸਾਡੇ ਤੂੰ ਦਿਮਾਗ ਨੂੰ ਚੰਗੀ ਤਰ੍ਹਾਂ ਜਾਣਨਾ, ਤੇ ਤੂੰ ਕਰੋ ਨਿਕਲਾ, ਤੇਰੀਆਂ ਲੱਤਾਂ ਵੱਢ ਕੇ ਵਿਖਾਵਾਂਗੇ ਤੈਨੂੰ। ਤੇ ਨਾਲੇ ਗੱਲ ਸੁਣ ਲੈ ਮੇਰੀ, ਜਿੱਥੇ ਤੂੰ ਉਹ ਕੁੜੀ ਵਿਆਹੀ ਆ, ਅਸੀਂ ਉਹ ਕੁੜੀ ਚੁੱਕ ਕੇ ਤੇਰੀਆਂ ਅੱਖਾਂ ਦੇ ਸਾਹਮਣੇ ਵਸਾ ਕੇ ਦਿਖਾਵਾਂਗੇ। ਜਾਓ ਤੁਸੀਂ ਲਿਆ ਕੇ ਵਿਖਾਓਗੇ? ਏਡੇ ਤੋਂ ਸਦਾਗਰ ਲਿਆ ਕੇ ਵਿਖਾਲੀ ਇਹਨਾਂ ਨੇ, ਬਦਮਾਸ਼ ਵੇਖ ਲਓ। ਮੇਰੇ ਵੀ ਜਾਣ ਵਾਲਾ ਇੱਕ ਬਦਮਾਸ਼ ਹੈਗਾ, ਮੈਂ ਜਾਣਾ ਉਹਦੇ ਕੋਲ, ਮੈਂ ਕਰਾ ਲੈਣਾ ਇਹਨਾਂ ਦਾ ਬੰਦੋਬਸਤ। ਏਡੇ ਜੱਗੇ ਭੁੱਲੇ ਆ ਮੈਨੂੰ, ਪਰ ਪਹਿਲਾਂ ਮੈਂ ਜਾਂਦਾ ਹੀ ਬਦਮਾਸ਼ ਕੋਲ ਆ, ਮੈਂ ਇਹਨਾਂ ਦਾ ਹੁਣੇ ਬੰਦੋਬਸਤ ਕਰਾ ਲੈਣਾ। ਓਏ ਬੋਲ ਓਏ ਪੱਪੂਆ,
ਉਹ ਜਗਿਆ ਕਦੋਂ ਆਪਣੇ ਦੇਸ ਆਏਗਾ ਜਦੋਂ ਪਿੰਡ ਦੀ ਇੱਕ ਇੱਜ਼ਤ ਵੀ ਮਹਫੂਜ਼ ਨਾ ਰਹਿ ਗਈ। ਓਏ ਵੈਰੀਆਂ ਨੂੰ ਜੱਗੂ ਜੱਗੂ ਅੱਜ ਸੁਣਾ ਪਹੁੰਚਾ ਦੇ। ਓਏ ਜੱਗਾ ਅੱਜ ਰਾਤ ਪਿੰਡ ਆ ਰਹੀ। ਓਏ ਓ ਜੱਗਿਆ ਮੈਨੂੰ ਤੇਰੀ ਮਦਦ ਚਾਹੀਦੀ ਆ, ਮੇਰੇ ਭਤੀਜੇ ਮੇਰੀਆਂ ਲੱਤਾਂ ਵਾਜੇ ਨੂੰ ਫਿਰਦੇ ਆ। ਓਏ ਇੱਕ ਹੀ ਸਾਹ ਦੇ ਵਿੱਚ ਗੱਲ ਦੱਸ। ਓ ਜੱਗਿਆ ਗੱਲ ਇਹ ਵਾ, ਮੇਰੇ ਕੋਲ ਇੱਕ ਰਿਸ਼ਤਾ ਆਇਆ ਸੀ ਬੱਚੀ ਦਾ, ਉਹ ਮੈਂ ਕਰਾਤਾ ਬਾਹਰ ਅੱਛੀ ਜਗ੍ਹਾ ਤੇ ਉਹਦਾ ਰਿਸ਼ਤਾ ਕਰਤਾ, ਤੇ ਹੁਣ ਮੈਨੂੰ ਨਾ ਉਹਦੇ ਘਰੋਂ ਬਾਹਰ ਨਿਕਲਾਂਗਾ ਤੇਰੀਆਂ ਲੱਤਾਂ ਤੋੜ। ਓਏ ਉਹਨਾਂ ਦੀ ਵੀ ਐਸੀ ਦਿੱਤਾ ਸੀ। ਓਏ ਜਾ ਆਪਣੇ ਪਿੰਡ ਚਲਾ ਜਾ ਜੱਗਾ, ਕੱਲ ਪਿਛਲੇ ਟਾਈਮ ਤੇਰੇ ਕੋਲ ਪਹੁੰਚ ਰਹੀ। ਠੀਕ ਹੋ ਗਿਆ ਜੱਗਿਆ। ਓਏ ਚੱਲ ਓਏ ਰੋਸ਼ਨਾ, ਓਏ ਐਸ ਬਾਬੇ ਹੈਲਮਟ ਨੇ ਓਏ ਆਪਣੇ ਤੇ ਇੱਕ ਅਹਿਸਾਨ ਕੀਤਾ, ਚੱਲ ਚੱਲ ਜੱਗੂ ਇਹਦਾ ਅਹਿਸਾਨ ਲਾ ਕੇ ਆਈਏ। ਓਏ ਆਪਣੇ ਕਦਮ ਉਹਦੇ ਪਿੰਡ ਵੱਲ ਨੂੰ ਮੋੜ ਦੇ। ਓਏ ਚੱਲ ਜੱਗੂ। ਇਸ ਹਵੇਲੀ ਜਾਈ ਬਾਹਰ ਕਦਮ ਕੱਢ, ਤੈਨੂੰ ਨਿਬੜ ਲਾਂਗੇ, ਤੇਰੀਆਂ ਲੱਤਾਂ ਵੱਢ ਦਿਆਂਗੇ। ਦੁਸ਼ਮਣਾਂ ਨੂੰ ਕਹਿ ਦੇ ਹੁਣ ਇੱਥੋਂ ਨੱਠ ਜਾਣ। ਮੈਂ ਇਸ ਧਰਤੀ ਦੇ ਵਿੱਚ ਕਦਮ ਰੱਖ ਦਿੱਤਾ, ਹੁਣ ਤੇਰੀ ਵਾਲ ਨੂੰ ਵੀ ਕੋਈ ਵੇਖ ਨਹੀਂ ਸਕਦਾ। ਸਹੀ ਹੋ ਗਿਆ, ਆ ਜਾ। ਮੈਨੂੰ ਵੇਖ ਕੇ ਤੇ ਮਾਵਾਂ ਆਪਣੇ ਬੱਚੇ ਲਕੋ ਲੈਂਦੀਆਂ ਨੇ। ਓਏ ਮੈਨੂੰ ਤਾਂ ਅੱਜ ਕੋਈ ਬਦਮਾਸ਼ ਧੜੇ ਲੱਗਦਾ। ਆਹੋ ਯਾਰ ਅਭੀ ਬਦਮਾਸ਼ ਕੋਈ ਧੜੇ ਲੈਦਾ ਵਾ, ਤੇ ਚਾਚੇ ਨੇ ਸੱਦਿਆ ਹੈ, ਆਪਾਂ ਇਹਨਾਂ ਨੂੰ ਆਖ ਲਈਏ। ਹਾਂ ਚਾਚੇ ਦੇ ਮੁਕਾਬਲੇ ਆਪਾਂ ਇਸ ਬਦਮਾਸ਼ ਨੂੰ ਲੈ ਕੇ ਜਾਂਦੇ। ਠੀਕ ਹੋ ਗਿਆ, ਆ ਜਾਓ। ਉਹ ਭਾਈ ਰਾਕਟ ਬਦਮਾਸ਼, ਉਹ ਮਾਰੇ ਗਏ ਲੁੱਟੇ ਗਏ ਯਾਰ। ਉਹ ਤੁਹਾਡੇ ਤੇ ਕਿਹੜੀ ਆਫਤ ਡਿੱਗ ਪਈ ਆ? ਉਹ ਸਾਡਾ ਆਪਣਾ ਹੀ ਚਾਚਾ ਯਾਰ, ਬਾਹਰੋਂ ਬਦਮਾਸ਼ ਸਦਾ ਕੇ ਸਾਡੇ ਉੱਤੇ ਚੜ੍ਹਾਈ ਕਰਾਉਣ ਨੂੰ ਫਿਰਦਾ ਯਾਰ। ਇਸ ਤੋਂ ਵੱਡੀ ਗੱਲ ਇਹ ਵੀ ਉਹ ਬਾਹਰ ਦਾ ਬਦਮਾਸ਼ ਹੋ ਕੇ ਆਪਣੇ ਇਲਾਕੇ ਦੇ ਵਿੱਚ ਆਣ ਕੇ ਬਦਮਾਸ਼ੀ ਕਰਨ ਦਿਆ। ਉਸ ਬਦਮਾਸ਼ ਦੀ ਵੀ ਐਸੀ ਸੀ, ਮੈਂ ਉਹਨੂੰ ਜ਼ਮੀਨ ਦੇ ਵਿੱਚ ਗੱਡ ਦਿਆਂਗਾ, ਮੈਨੂੰ ਇੱਕ ਵਾਰੀ ਉਹਦਾ ਦਰਸ਼ਨ ਤੇ ਪਵਾ। ਹੋਏ ਆ ਜਾਓ ਜੀ ਸਾਡੇ ਨਾਲ, ਦਿਖਾਈਏ ਤੁਹਾਨੂੰ। ਬਦਮਾਸ਼ ਜੀ ਆਪਣਾ ਨਾਂ ਕੀ ਆ ਜੀ? ਉਹ ਮੈਨੂੰ ਰਾਕਟ ਬਦਮਾਸ਼ ਆਂਦੇ ਨੇ। ਤੇ ਰਾਕਟ ਬਦਮਾਸ਼ ਜੀ ਉਹ ਆ ਮੇਰੇ ਚਾਚੇ ਦਾ ਡੇਰਾ, ਤੇ ਉਹ ਜੱਗੂ ਬਦਮਾਸ਼ ਆ ਜੀ, ਤੇ ਸਾਹਮਣੇ ਸਾਡਾ ਘਰ ਹੈ ਜੀ। ਅੱਛਾ ਇਹ ਜੱਗੂ ਬਦਮਾਸ਼ ਹੈ? ਹਾਂਜੀ। ਇਸ ਜੱਗੂ ਬਦਮਾਸ਼ ਨਾਲ ਮੈਂ ਆਪ ਨਿਬੜ ਲਾਂਗਾ, ਬਦਮਾਸ਼ੀ ਦੇ ਵੀ ਕੋਈ ਅਸੂਲ ਹੁੰਦੇ ਨੇ, ਹੁਣ ਮੈਂ ਜਾਣਾ ਤੇ ਇਹ ਬਦਮਾਸ਼ ਜਾਣੇ। ਭਾਈ ਬਦਮਾਸ਼ ਆਹੀ ਬਦਮਾਸ਼ ਹੈ ਜਿਹੜਾ ਸਾਡੇ ਚਾਚੇ ਨੇ ਸੱਦਿਆ। ਓਏ
ਮੇਰਾ ਨਾਂ ਸੁਣ ਕੇ ਹਜੇ ਤੱਕ ਤੂੰ ਨਹੀਂ ਭੱਜਿਆ? ਉਹ ਮੇਰੇ ਇਲਾਕੇ ਦੇ ਵਿੱਚ ਚਿੜੀ ਵੀ ਪਰ ਨਹੀਂ ਮਾਰਦੀ। ਤੂੰ ਇੱਥੇ ਬਾਹਰ ਰੱਖਣ ਦੀ ਜ਼ਰੂਰਤ ਕਿਵੇਂ ਕੀਤੀ ਹੈ? ਓਏ, ਮੈਨੂੰ ਜੱਗੂ ਬਦਮਾਸ਼ ਕਹਿੰਦੇ ਨੇ। ਓਏ, ਮੈਂ ਨਸਲਾਂ ਦੀਆਂ ਨਸਲਾਂ ਮੁਕਾ ਦਿਆਂ। ਓਏ ਜੱਗੂ, ਆਖ ਲੈ ਵੀ ਟਾਈਮ ਹੀ ਤੇਰੇ ਕੋਲ, ਇੱਥੋਂ ਨੱਸ ਜਾ, ਇੱਥੋਂ ਨੱਸ ਜਾ। ਮਾਕੜ ਬਦਮਾਸ਼ ਭਾਈ, ਝੱਸ ਆ ਗਈ ਆ, ਹੁਣ ਸਾਨੂੰ ਪਤਾ ਲੱਗ ਗਿਆ ਅਸੀਂ ਇਕੱਲੇ ਨਹੀਂ। ਓਏ, ਇਸ ਜੱਗ ਤੇ ਰਾਕਟ ਨੇ ਨਾ ਹੀ ਤੇ ਛੱਡਿਆ ਹੈ। ਆ ਜ਼ਿੰਦਾਬਾਦ, ਕਿਸ ਕਰਾਤੀ ਆ ਜੱਗੂ ਬਦਮਾਸ਼? ਮੇਰੇ ਭਤੀਜੇ ਨੂੰ ਪਤਾ ਲੱਗਾ ਕੋਈ ਜੱਗੂ ਬਦਮਾਸ਼ ਆਉਂਦਾ। ਕਲਾਵਾ ਪੱਪੂ ਖਾਂ ਦਾ ਹੋਵੇ ਤੇ ਤੂੰ ਉਹਦੇ ਤੋਂ ਨਿਕਲ ਜਾ। ਚਬਾਣ, ਤੂੰ ਛੋਟਾ ਪਿਰਾਣਾ ਹੈ ਆਪਦੀ ਜਗ੍ਹਾ ਤੇ, ਠੀਕ ਹੈ? ਤੂੰ ਰੋਜ਼ ਚੀਟਿੰਗ ਕਰਨਾ ਹੈ, ਇਸ ਤਰ੍ਹਾਂ ਮੈਂ ਨਹੀਂ ਖੇਲਣਾ। ਖੇਲਣਾ ਤੇ ਅੱਜ ਪੁੱਗ ਕੇ ਖੇਲਣਾ। ਠੀਕ ਆ, ਠੀਕ ਆ, ਮਨਜ਼ੂਰ ਹੈ? ਮਨਜ਼ੂਰ ਹੈ, ਠੀਕ ਹੈ। ਯੈਸ, ਠੀਕ ਹੈ, ਕੋਈ ਗੱਲ ਨਹੀਂ, ਖੇਲ ਲੈ ਤੂੰ। ਆ ਛੋਟੇ ਵੀਰ, ਹੋਰ ਭੈਣਾ? ਹੋਰ ਭਾਈ, ਠੀਕ। ਤੇ ਵੀਰੇ, ਤੂੰ ਦੱਸ ਕਿੱਦਾਂ ਆਂਦਾ, ਅਸੀਂ ਤੇਰਾ ਰਾਹ ਵੇਖਦੇ। ਹਾਂ, ਜਿਉਂਦੀ ਰਹਿ ਭੈਣੇ। ਉਹ ਹੁਣ ਇੱਥੇ ਖਲੋਤੀ ਰਹੇਗੀ ਜਾਂ ਅੰਦਰ ਵੀ ਲੈ ਕੇ ਜਾਏਗੀ? ਨਹੀਂ, ਆਓ ਆਓ ਜੀ, ਬਿਸਮਿਲਲਾ ਆ ਜਾਓ। ਲੈ ਲੈ ਵੀਰੇ, ਹੁਣ ਤੇ ਬਦਮਾਸ਼ੀ ਛੱਡ ਦੇ, ਅਸੀਂ ਤੇਰੀਆਂ ਭੈਣਾਂ ਹੈਗੀਆਂ। ਲੈ ਓ ਭੈਣਾ, ਤੂੰ ਕਿਹੜਾ ਰੋਜ਼ ਰੋਜ਼ ਆਖਣਾ? ਆ ਲੈ ਬੈਠੋ। ਹੋਰ ਤਬੀਅਤ ਸਿਹਤ ਠੀਕ ਹੈ? ਫਸਟ ਕਲਾਸ, ਤੂੰ ਸੁਣਾ? ਸਭ ਖੈਰੀਆ। ਤੇ ਸੁਣਾ ਵੀਰੇ, ਕੀ ਖਾਏਗਾ ਪੀਏਗਾ? ਓ ਭੈਣਾ, ਓ ਪਾਣੀ ਦਾ ਗਲਾਸ ਤੇ ਪਿਆ। ਪਾਣੀ ਪਿਲਾਨੀ ਹੈ ਤੇ ਮੈਂ ਸਾਗ ਬਣਾਇਆ ਆਪਦੇ ਹੱਥਾਂ ਨਾਲ। ਇਹਨਾਂ ਸਾਰਾ ਕੀ ਬਾਤ ਹੈ, ਲੈ ਗਿਆ, ਭੁੱਖ ਬੜੀ ਲੱਗੀ, ਉਹ ਮਰ ਜਾਣੀ ਹੈ। ਠੀਕ ਹੈ।
ਐਨੋ ਰੋਟੀ ਸਾਗ ਬਣਾਇਆ, ਫਿਰ ਪਾਣੀ ਲੈ ਕੇ ਆਉਂਦੀ ਤੀ। ਹੋਰ ਭੈਣਾ? ਹੋਰ ਠੀਕ, ਸ਼ੁਕਰ ਅੱਲਾ ਦਾ। ਕਿੱਧਰ ਗਿਆ ਭਾਈਆ? ਉਹ ਬਸ ਕੰਮ ਤੇ ਬਾਹਰ ਗਿਆ ਹੋਇਆ। ਪਠੇ ਲੈਣ ਗਿਆ? ਹਾਂਜੀ। ਅੱਛਾ, ਨਾ ਮਜ਼ੇ ਦਾ ਬਣਿਆ ਸਾਗ? ਫਸਟ ਕਲਾਸ। ਉਹ ਭੈਣ ਦੇ ਹੱਥ ਦਾ ਸਾਗ ਬਣਿਆ ਹੋਵੇ ਤੇ ਭਰਾਵਾਂ ਨੂੰ ਆਪੇ ਹੀ ਮਜ਼ਾ ਆ ਜਾਂਦਾ ਹੈ। ਐ ਤਾਂ ਗੱਲ ਹੈ। ਲੈ ਵੀਰੇ, ਤੈਨੂੰ ਤਾਂ ਰੋਟੀ ਖਾਣੀ ਵੀ ਭੁੱਲ ਗਈ ਆ, ਮੈਂ ਤੈਨੂੰ ਆਪ ਖਿਲਾਨੀ ਆ। ਵੀਰੇ ਇੱਕ ਗੱਲ ਕਰਾਂ, ਮੰਨੇਗਾ? ਬੋਲ ਭੈਣਾ। ਮੈਂ ਕਹਿੰਦੀ ਆ ਤੂੰ ਬਦਮਾਸ਼ੀ ਛੱਡ ਦੇ, ਕੋਈ ਫਾਇਦਾ ਨਹੀਂ ਹੈਗਾ ਇਸ ਕੰਮ ਵਿੱਚ। ਓ ਭੈਣਾ, ਤੇਰੀ ਖਾਤਰ ਜਾਨ ਵੀ ਹਾਜ਼ਰ, ਪਰ ਮੈਂ ਇੱਕ ਬੰਦੇ ਨਾਲ ਵਾਅਦਾ ਕਰ ਬੈਠਾ। ਇੱਕ ਬੰਦੇ ਨੇ ਮੇਰੇ ਤੇ ਅਹਿਸਾਨ ਕੀਤਾ ਹੈ। ਕਿਹੜਾ ਅਹਿਸਾਨ ਕੀਤਾ ਹੈ? ਪੁਲਿਸ ਮੁਕਾਬਲੇ ਦੇ ਵਿੱਚ ਮੇਰੀ ਲੱਤ 'ਚ ਫੈਰ ਲੱਗ ਗਿਆ ਸੀ ਤੇ ਉਹਨੇ ਮੇਰੇ ਤੇ ਬੜਾ ਵੱਡਾ ਅਹਿਸਾਨ ਕੀਤਾ ਹੈ। ਜਾਂ ਤੇਰੇ ਨਾਲ ਵਾਅਦਾ ਕੀਤਾ ਹੈ, ਆਖਰੀ ਲੜਾਈ ਲੜ ਕੇ ਬਦਮਾਸ਼ੀ ਛੱਡ ਦਿਆਂਗਾ। ਜਾ ਵੀਰਾ, ਤੈਨੂੰ ਇਸ ਭੈਣ ਦੀ ਦੁਆ ਹੈ, ਇਸ ਲੜਾਈ ਦੇ ਵਿੱਚ ਤੈਨੂੰ ਕਾਮਯਾਬੀ ਹੋਏਗੀ। ਹਾਂ, ਜਿਉਂਦੀ ਰਹਿ ਭੈਣੇ। ਲੈ ਪਾਣੀ। ਹੋਰ ਛੋਟੂ, ਜਾ ਅੰਦਰ ਰੱਖ ਲਿਆ। ਅੱਛਾ ਭੈਣਾ, ਚੱਲਦਾ ਵਾ ਮੈਂ। ਕਿਉਂ ਵੀਰੇ, ਇੰਨੀ ਜਲਦੀ? ਉਹ ਜਿਉਣ ਜੋਗੀ ਏ, ਹੁਣੇ ਤੇ ਤੈਨੂੰ ਗੱਲ ਦੱਸੀ ਆ। ਉਹ ਇੱਕ ਬਾਬੇ ਨੇ ਆਪਣੇ ਤੇ ਅਹਿਸਾਨ ਕੀਤਾ ਹੈ, ਉਹਦਾ ਮੈਂ ਅਹਿਸਾਨ ਲਾ ਵਾ। ਫਿਰ ਜਿਵੇਂ ਤੂੰ ਆਖਿਆ ਹੈ, ਉਹ ਭੈਣਾਂ ਦੀ ਗੱਲ ਕਿਵੇਂ ਨਹੀਂ ਮੰਨਣੀ ਭਰਾਵਾਂ ਨੇ। ਠੀਕ ਹੈ ਵੀਰੇ, ਜਾ, ਇਸ ਭੈਣ ਦੀਆਂ ਦੁਆਵਾਂ ਤੇਰੇ ਨਾਲ ਨੇ। ਹਾਂ, ਜਿਉਂਦੀ ਰਹਿ ਭੈਣੇ। ਤੇ ਗੱਲ ਸੁਣ ਜੀ, ਛੋਟੇ ਭਰਾ ਦਾ ਖਿਆਲ ਰੱਖਿਆ ਕਰ। ਠੀਕ ਹੈ। ਕੋਈ ਸ਼ਿਕਾਇਤ ਹੋਵੇ ਤੇ ਮੈਨੂੰ ਦੱਸੀ। ਠੀਕ ਹੈ। ਤੇਰਾ ਭਰਾ ਇੱਕ ਮਿੰਟ ਦੇ ਵਿੱਚ ਆ ਜਾਏਗਾ। ਸਹੀ ਹੈ। ਲੈ ਫੇਰ ਕਰੋ ਹੀ ਬਦਮਾਸ਼ੀਆਂ ਸ਼ੁਰੂ। ਓ ਭੈਣਾ, ਲੋਕਾਂ ਨੂੰ ਵੀ ਤਾਂ ਦਿਖਾਉਣਾ ਪੈਂਦਾ ਨਾ। ਤੇ ਅੱਜ ਤੋਂ ਬਾਅਦ ਤੈਨੂੰ ਕਿਤੇ ਵੀ ਮੇਰੀ ਲੋੜ ਪਵੇ ਤੇ ਇੱਕੋ ਵਾਰੀ ਆਵਾਜ਼ ਦੇ ਦੀ, ਵੀਰਾ। ਠੀਕ ਆ, ਤੇਰਾ ਵੀਰ ਹਾਜ਼ਰ ਹੋ ਜਾਏਗਾ। ਠੀਕ ਆ। ਵੇਖ ਭੈਣਾ, ਵੀਰਾ ਮੈਨੂੰ ਮਿਲ ਕੇ ਨਹੀਂ ਗਿਆ। ਅੱਛਾ, ਨਾ ਟੈਨਸ਼ਨ ਲੈ, ਬੈਠ ਜਾ, ਉਹਨੇ ਦੋ ਤਿੰਨ ਦਿਨ ਤੱਕ ਆ ਜਾਣਾ। ਤੁਸੀਂ ਕੀ ਰਾਗੜ ਬਦਮਾਸ਼ ਦੀ ਪਹਿਰੇਦਾਰੀ ਸ਼ੁਰੂ ਕੀਤੀ ਹੈ? ਮੈਨੂੰ ਇੱਕੋ ਹਿੱਸਾ ਵਿੱਚ ਦੱਸ ਦਿਓ, ਤੁਹਾਡੇ ਚਾਚੇ ਨੇ ਤੜਦੇ ਜ਼ੁਲਮ ਦਾ ਕਿਹੜਾ ਬੰਬ ਸੁੱਟਿਆ? ਗੱਲ ਸੁਣੋ ਭਾਈ ਰਾਕਟ ਬਦਮਾਸ਼, ਸਾਡਾ ਦੁਨੀਆ ਤੇ ਇੱਕੋ ਇੱਕ ਚਾਚਾ ਵਾ, ਉਹਦੇ ਹੱਥ ਇੱਕ ਖੂਬਸੂਰਤ ਲੜਕੀ ਦਾ ਰਿਸ਼ਤਾ ਆਇਆ ਸੀਗਾ, ਪਰ ਉਹਨੇ ਉਹ ਰਿਸ਼ਤਾ ਕਿਤੇ ਬਾਹਰ ਕਰਵਾ ਦਿੱਤਾ। ਅਸੀਂ ਤਿੰਨ ਭਰਾ ਵੀ ਕੁਆਰੇ ਸੀ, ਸਾਡੇ ਚੋਂ ਕਿਸੇ ਇੱਕ ਦਾ ਕਰਵਾ ਦਿੰਦਾ। ਦੱਸੋ ਇਹ ਸਾਡੇ ਤੇ ਜ਼ੁਲਮ ਕੀਤਾ ਕਿ ਨਹੀਂ? ਉਹ ਮੈਨੂੰ ਰਾਕਟ ਬਦਮਾਸ਼ ਆਂਦੇ ਨੇ, ਤੁਹਾਡੇ ਚਾਚੇ ਦੀ ਵੀ ਐਸੀ ਦਿੱਤਾ ਸੀ। ਉਹ ਅੱਜ ਤੋਂ ਬਾਅਦ ਤੁਸੀਂ ਆਜ਼ਾਦ ਜੇ,
ਤੁਹਾਡਾ ਜੋ ਦਿਲ ਕਰਦਾ ਕਰੋ, ਰਾਜਨ ਬਦਮਾਸ਼ ਦਾ ਹੱਥ ਤੁਹਾਡੀ ਕੰਡ ਤੇ ਰਹੇਗਾ। ਓਏ ਰਾਜੂ ਦਾ ਫੋਨ ਆ ਗਿਆ। ਉਹ ਸੁਣ ਸੁਣ ਸੁਣ। ਹਾਂ ਰਾਜੂ, ਦੇਖੋ ਖੁਸ਼ਖਬਰੀ। ਗੱਲ ਸੁਣ ਮੇਰੀ, ਕੁੜੀ ਪਿੰਡ ਵਾਪਸ ਆ ਰਹੀ ਅੱਜ ਮਿਲਣ ਵਾਸਤੇ। ਓਏ ਗੱਲ ਸੁਣੋ ਮੇਰੀ, ਬਦਮਾਸ਼ ਨੂੰ ਪਤਾ ਨਾ ਚੱਲੇ ਆਪਾਂ ਉਸ ਕੁੜੀ ਨੂੰ ਰਾਹ ਚੋਂ ਚੁੱਕ ਲੈਣਾ ਤੇ ਉਹਦੀ ਇੱਜ਼ਤ ਤਾਰ ਤਾਰ ਕਰ ਦੇਣੀ। ਚਲੋ ਨਿਕਲੀਏ, ਹੁਣ ਚਾਚੇ ਨੂੰ ਪਤਾ ਲੱਗੇਗਾ। ਹਾਂ ਇਹਨਾਂ ਨਾ ਦੱਸਿਆ ਨਾ ਪੁੱਛਿਆ ਇਹ ਕਿੱਧਰ ਨੂੰ ਨਿਕਲਣ ਲੱਗੇ ਆ। ਮੈਂ ਪੂਰਾ ਪੰਜਾਬ ਫਿਰ ਲਿਆ ਪਰ ਹਜੇ ਤੱਕ ਕੋਈ ਇਹੋ ਜਿਹਾ ਜਵਾਨ ਨਹੀਂ ਮਿਲਿਆ ਜਿਹੜਾ ਮੇਰੇ ਸੀਨੇ ਤੇ ਫੱਟ ਲਾਵੇ ਤੇ ਮੈਂ ਉਹਨਾਂ ਫੱਟਾਂ ਦੇ ਵਿੱਚ ਸੋ ਪਰਦਾ ਪਰਦਾ ਸੋ ਜਾਵਾਂ। ਜੇ ਪੰਜਾਬ ਨੇ ਤੈਨੂੰ ਪਾਗਲ ਸਮਝ ਕੇ ਛੱਡ ਹੀ ਦਿੱਤਾ ਹੈ ਤੇ ਜਾ ਜ਼ਿੰਦਗੀ ਦੇ ਕੁਝ ਡੰਗ ਹੋਰ ਜੀ ਲਾ। ਐ ਸੁਮਰੇ ਮਾਵਾਂ ਨੂੰ ਮਰ ਕੇ ਰੋਗ ਨਹੀਂ ਲਾਈਦੇ। ਓਏ ਬਦਬਖਤਾ, ਮੈਂ ਤੈਨੂੰ ਇਸ ਧਰਤੀ ਦੇ ਵਿੱਚ ਨਿਸ਼ਟੋ ਨਬੂਤ ਕਰ ਦਿਆਂਗਾ। ਓ ਜਗੂਆ, ਹਲੇ ਵੀ ਵੇਲਾ ਹੀ ਨਸ ਜਾਏ। ਆ ਬਸ ਰਹੀ, ਮੈਂ ਆਪਣੀ ਹਦੂਦ ਖੂਨ ਖਰਾਬਾ ਨਹੀਂ ਹੋਣ ਦੇਣਾ। ਓਏ ਬਜ਼ੁਰਗਾ, ਬਸ ਲੈ ਜਾ ਇਹਨੂੰ, ਕੁਛ ਡੰਗ ਜ਼ਿੰਦਗੀ ਦੇ ਹੋਰ ਜੀ ਲਵੇ। ਉਹ ਰਾਕਟਾ, ਤੇਰੀ ਖਰੇ ਗੈਰਤ ਕਿੱਥੇ ਸੁੱਤੀ ਏ? ਤੈਨੂੰ ਨੀ ਪਤਾ ਤੇਰੇ ਪਿੱਛੋਂ ਕੀ ਹੋ ਗਿਆ? ਇੱਕੋ ਹਿੱਸਾ ਵਿੱਚ ਦੱਸਦੇ ਹੋ ਖਾਨ ਮਮਦਾ ਕੀ ਬਜ਼ਾਰਦਾ ਪਾਈ ਜਾ ਰਿਹਾ ਹੈ? ਮੈਂ ਜਗੇ ਨੂੰ ਇੱਥੋਂ ਨਹੀਂ ਜਾਣ ਦਿਆਂਗਾ। ਪਹਿਲੇ ਸਕੂਨ ਨਾਲ ਖਲੋ ਕੇ ਗੱਲ ਸੁਣ ਮੇਰੀ, ਜਿਸ ਲਾਵਾਰਸ ਬੇਟੀ ਪਿੱਛੇ ਜੱਗਾ ਇੱਥੇ ਆਇਆ, ਸੁਣ ਫਿਰ ਹਿਸਟਰੀ ਉਹਦੀ। ਮਾਸ਼ਾਅੱਲਾ, ਅੱਜ ਤੇ 14 ਦਾ ਚੰਨ ਲੱਗ ਰਹੇ ਹੋ। ਸੁਣਿਓ, ਕੋ ਲਿਫਟਾਂ ਸ਼ਿਫਟਾਂ ਨਹੀਂ ਆਇਆ? ਬਦਤਮੀਜ਼ ਇਨਸਾਨ, ਤਮੀਜ਼ ਨਹੀਂ ਹੈ, ਜਹਿਲ ਇਨਸਾਨ ਕਹੀਂ ਕੇ। ਓ ਯਾਰ, ਐਡੀ ਸੋਹਣੀ ਕੁੜੀ ਆਪਣੇ ਪਾਠੀਆਂ ਬੰਦਿਆਂ ਨਾਲ ਫਸਣ ਡਈ ਭਲਾ? ਓਏ ਮੈਨੂੰ ਵੀ ਸਾਮਾ ਰਾਕਟ ਕਹਿੰਦੇ ਆ। ਇਸ ਬਦਤਮੀਜ਼ ਦਾ ਬਦਲਾ ਮੈਂ ਖੁਦ ਲਵਾਂਗਾ, ਇਸ ਕੁੜੀ ਨੂੰ ਮੈਂ ਫਸਾ ਕੇ ਦਿਖਾਉਂ ਤੁਹਾਨੂੰ। ਜੀਏ ਸ਼ੇਰਾ ਸ਼ੇਰਾ। ਪਤਾ ਨਹੀਂ ਇਹਨਾਂ ਪਾਗਲਾਂ ਤੋਂ ਮੇਰੀ ਕਦੋਂ ਜਾਨ ਛੁੱਟੇਗੀ।
ਮੈਂ ਹੁਣ ਬਾਹਰ ਨਹੀਂ ਜਾਣਾ। ਬੱਚਾ ਕੀ ਹੋਇਆ ਏ? ਉਹ ਜਿਹੜੇ ਚਾਚਾ ਅਕਰਮ ਦੇ ਪੁੱਤਰ ਨੇ ਨਾ, ਉਹ ਮੈਨੂੰ ਬਹੁਤ ਉਹਨਾਂ ਨੇ ਤੰਗ ਕੀਤਾ ਹੋਇਆ। ਅੱਛਾ ਬੱਚਾ, ਮੇਰਾ ਆਖਰੀ ਟਾਈਮ ਹੈ ਇਸ ਮੁਆਸ਼ਰੇ 'ਚ ਜੀਣਾ ਅਤੇ ਸ਼ੇਰ ਬਣ ਕੇ ਜੀ। ਹਾਏ, ਉਸ ਤਰ੍ਹਾਂ ਇਹਨਾਂ ਲੋਕਾਂ ਨਹੀਂ ਜੀਣ ਦੇਣਾ। ਹਾਏ ਹਾਏ, ਲਾ ਮੇਰੇ ਅੱਬੇ ਨੂੰ ਕੁਛ ਨਾ ਹੋਵੇ, ਲੱਗ ਰਹੇ ਤੇਰੇ ਆਈ ਅੱਬਾ ਮੈਨੂੰ ਆ ਜਾਵੇ। ਹਾਏ ਹਾਏ, ਆਪਣਾ ਮੋਬਾਈਲ ਨੰਬਰ ਦੇ ਦਿਓ, ਰਾਤ ਨੂੰ ਗੱਲ ਕਰ ਲਿਆ ਕਰਾਂਗੇ। ਲੱਗਦੀ ਤੁਸੀਂ ਜਾਨ ਹੀ ਕੱਢ ਲਈ, ਕਬੂਤਰੀ ਲੱਗਣ ਡਈ ਏ ਕੇ ਚੰਦ ਦਾ ਟੋਟਾ ਆਖੋ, ਗਲਤ ਕਹਿੰਦੇ ਹੋ ਤੁਸੀਂ। ਹਾਏ ਲਾ, ਇਸ ਦੁਨੀਆ ਤੇ ਗਰੀਬ ਦੀ ਕੋਈ ਇੱਜ਼ਤ ਨਹੀਂ, ਇਨਸ਼ਾਅੱਲਾ ਦੁਨੀਆ ਤੇ ਗਰੀਬ ਕੋਈ ਹੋਵੇ ਹੀ ਨਾ। ਹਾਏ 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 ਅੱਬਾ, ਹਾਏ ਅੱਜ ਮੈਂ ਮਸਾਂ ਮਸਾਂ ਬਚ ਕੇ ਆਈ ਆ, ਅੱਜ ਫੇਰ ਉਹਨਾਂ ਨੇ ਮੈਨੂੰ ਇੰਨਾ ਤੰਗ ਕੀਤਾ ਨਾ, ਇਤਨੀ ਬਦਤਮੀਜ਼ੀ ਕੀਤੀ ਹੈ। ਬੱਚਾ, ਮੈਂ ਕੁਛ ਨਹੀਂ ਕਰ ਸਕਦਾ, ਮੈਨੂੰ ਇੰਝ ਲੱਗਦਾ ਜਿਵੇਂ ਮੇਰੀ ਜਾਨ ਨਿਕਲਦੀ ਪਈ ਆ। ਹਾਏ ਭਾਈ ਹਲਮਟ, ਹਾਂਜੀ, ਹਾਏ ਮੇਰਾ ਹੁਣ ਵਕਤ ਅਖੀਰ ਏ। ਹਾਏ ਤੂੰ ਮੇਰਾ ਯਾਰ ਏ, ਮੈਂ ਆਪਣੀ ਬੱਚੀ ਤੇਰੇ ਹਵਾਲੇ ਕਰਨਾ ਹੈ। ਹਾਏ ਇਹਦਾ ਤੂੰ ਖਿਆਲ ਕਰਨਾ, ਇਹਨੂੰ ਵਿਆਹੁਣਾ ਵੀ ਤੂੰ ਆ। ਮੇਰਾ ਵਕਤ ਅਖੀਰ ਆ ਗਿਆ ਹੈ। ਓਏ ਮੁਸਤਫਾ, ਓਏ ਅੱਖਾਂ ਦੇ ਖੋਲ, ਓਏ ਯਾਰ ਤੂੰ ਮੇਰਾ ਯਾਰ ਏ। ਅੱਖਾਂ ਦੇ ਖੋਲ, ਓਏ ਮੁਸਤਫਾ, ਓ ਯਾਰ ਅੱਖਾਂ ਦੇ ਖੋਲ, ਓ ਪੁੱਤਰ, ਓ ਨਾ ਰੋ, ਅੱਲਾ ਦੀ ਕੀਤੀ ਨੂੰ ਕੌਣ ਮੋੜ ਸਕਦਾ। ਓ ਕੋਈ ਗੱਲ ਨੀ, ਤੇਰੇ ਪਿਓ ਦੀ ਥਾਂ ਮੈਂ ਜੂ ਹੈਗਾ। ਕਿੰਨੀਆਂ ਬਹਾਰਾਂ ਸੀ, ਕਿੰਨੀਆਂ ਰੌਣਕਾਂ ਸੀ, ਬਸ ਮੈਂ ਤਾਂ ਹੁਣ ਦੁਨੀਆਂ ਜੋਗੀ ਰਹਿ ਗਈ। ਅਤੀਏ ਉਹ ਪਰੇਸ਼ਾਨ ਨਾ ਹੋ, ਤੈਨੂੰ ਜਿਹੜੀ ਸ਼ਾਦੀ ਜ਼ਰੂਰਤ ਹੈ ਮੈਨੂੰ ਦੱਸ, ਤੇਰੇ ਪਿਓ ਦੀ ਜਗ੍ਹਾ ਤੇ ਮੈਂ ਬੈਠਾ। ਨਾਲੇ ਗੱਲ ਸੁਣ ਮੇਰੀ, ਤੇਰਾ ਰਿਸ਼ਤਾ ਮੈਂ ਅੱਛੀ ਜਗ੍ਹਾ ਤੇ ਤੈਅ ਕਰਤਾ।
ਚਾਚਾ ਤੇਰੇ ਹੱਥੋਂ ਆ ਗਿਆ ਰਿਸ਼ਤਾ, ਸਾਡੇ ਤਿੰਨਾਂ ਚੋਂ ਇੱਕ ਦਾ ਹੀ ਕਰਾ ਦੇ। ਓਏ ਮੈਂ ਪੁੱਛਿਆ ਕੁੜੀ ਨੂੰ, ਕੁੜੀ ਆਂਦੀ ਐ ਲੋਫਰ ਨੇ, ਮੈਂ ਨਹੀਂ ਇੱਥੇ ਰਿਸ਼ਤਾ ਕਰਨਾ। ਅੱਛਾ ਚਾਚਾ, ਅਸੀਂ ਹੁਣ ਤੇਰੇ ਨਿਬੜ ਲਾਂਗੇ, ਏਡਾ ਤੂੰ ਬਦਮਾਸ਼। ਜਾਓ ਜਾਓ, ਐਵੇਂ ਦਿਮਾਗ ਨਾ ਮੇਰਾ ਖਰਾਬ ਕਰੋ, ਦਿਮਾਗ ਬਹੁਤ ਖਰਾਬ ਹੁੰਦਾ। ਨਾਲੇ ਗੱਲ ਸੁਣਾ, ਵੱਡਿਆ ਬਦਮਾਸ਼ਾ, ਹੈਲਬਰਟ ਦੇ ਭਤੀਜੇ ਉਸ ਕੁੜੀ ਨੂੰ ਚੁੱਕਣ ਚਲੇ ਗਏ, ਅੱਜ ਉਹ ਕੁੜੀ ਪਿੰਡ ਆ ਰਹੀ ਹੋ। ਹਾਲੇ ਵੀ ਤੇਰੇ ਕੋਲ ਟਾਈਮ ਹੈਗਾ ਜੀ, ਉਸ ਲਾਵਾਰਸ ਬੇਟੀ ਦੀ ਇੱਜ਼ਤ ਬਚਾ ਸਕਣਾ ਤਾਂ ਬਚਾ ਲਾ। ਉਹ ਖਾਨ ਬੰਦਾ, ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ ਨੇ, ਇਹਦਾ ਮਤਲਬ
ਜੱਗੂ ਮੇਰੇ ਹੀ ਇਲਾਕੇ ਦੇ ਵਿੱਚ ਸਾਡੀਆਂ ਇੱਜ਼ਤਾਂ ਦਾ ਮੁਹਾਫਿਜ਼ ਬਣ ਕੇ ਫਿਰ ਰਿਹਾ ਹੈ। ਓ ਦਾਨਿਸ਼ ਕੋੜੀ ਤੇ ਕਾਠੀ ਪਾਏ, ਮੈਂ ਅੱਜ ਹੀ ਜਾਵਾਂਗਾ। ਓਏ ਨੱਠ ਜਾ ਇੱਥੋਂ, ਉਹ ਨਹੀਂ ਤਾਂ ਬੇਮੌਤ ਮਾਰਿਆ ਜਾਏਗਾ। ਇੱਧਰ ਨਿਕਲ ਨੀ ਮੁਟਿਆਰੇ, ਹੁਣ ਤੇਰੀ ਇੱਜ਼ਤ ਲੁੱਟਾਂਗੇ। ਤੈਨੂੰ ਆਖਿਆ ਸੀਗਾ ਮੇਰੇ ਨਾਲ ਵਿਆਹ ਕਰ ਲੈ, ਹੁਣ ਤੇਰੀ ਇੱਜ਼ਤ ਲੁੱਟਾਂਗੇ, ਪੂਰਾ ਜ਼ਮਾਨਾ ਦੇਖੇਗਾ। ਓਏ ਬਦਮਾਸ਼ੋ, ਮੈਂ ਜੱਗੇ ਦੀ ਭਰਜਾਈ ਆ, ਤੁਸੀਂ ਛੱਡ ਦੋ ਮੇਰਾ ਰਸਤਾ। ਮੇਰੇ ਜੱਗੇ ਵੀਰ ਨੂੰ ਪਤਾ ਚੱਲ ਗਿਆ ਨਾ, ਉਹ ਤੁਹਾਡਾ ਹਸ਼ਰ ਨਸ਼ਰ ਕਰ ਦੇਗਾ। ਓ ਮੁਟਿਆਰੇ, ਇੱਕ ਹੋਰ ਵੀ ਖੁਸ਼ੀ ਵਾਲੀ ਗੱਲ ਹੈ, ਜੇ ਜੱਗਾ ਤੇਰਾ ਵੀਰ ਆ ਤੇ ਸਾਧਨ ਨੂੰ ਇੱਥੇ ਅੱਜ ਇਸ ਮੈਦਾਨ 'ਚ ਖੜਾ ਲੱਗੇਗਾ, ਤਕਰੀਬਨ ਦੋ ਸ਼ਿਕਾਰ ਹੋਣਗੇ। ਵੇਖ ਲਾਂਗੇ ਤੇਰੇ ਜੱਗੀ ਮੱਗੀ ਨੂੰ। ਜੱਗਿਆ, ਉੱਤੋਂ ਸ਼ਾਦ ਹੋਣ ਡਈ ਆ, ਉਹ ਕੀ ਖਾਣਾ ਪਸੰਦ ਕਰੇਗਾ, ਉਹ ਦੇਸੀ ਮੁਰਗਾ ਜਾਂ ਬੱਕਰਾ ਜਾਂ ਕੱਟੇ ਡਾਲੀਏ। ਓ ਨਹੀਂ ਓ ਬਾਬਾ, ਹੈਲਮਟ ਮੈਨੂੰ ਰੋਸ਼ਨ ਨੇ ਹਰਨ ਤਲ ਕੇ ਖਵਾਇਆ, ਓ ਜਿਸਮ 'ਚ ਬੜੀ ਗਰਮੀ ਆ, ਓ ਲੱਗਦਾ ਹੈ ਫਿਰ ਕਿਸੇ ਵੈਰੀ ਨੇ ਹੱਥ ਚੁੱਕ ਲਿਆ। ਓਏ ਰੋਸ਼ਨਾ, ਆਪਣੀ ਖੋਰੀ ਤੇ ਕਾਠੀ ਪਾ ਕੇ ਮੈਦਾਨ 'ਚ ਪਹੁੰਚ ਜਾਏ, ਲੱਗਦਾ ਹੈ ਹੁਣ ਪਾਣੀ ਸਿਰ ਤੋਂ ਤਾਰੂ ਹੋ ਗਿਆ।
ਉੱਠ ਭੈਣਾ, ਤੇਰਾ ਜੱਗਾ ਵੀਰ ਆ ਗਿਆ ਈ। ਓਏ ਇਹਨਾਂ ਬਦਮਾਸ਼ਾਂ ਦੀ ਵੀ ਐਸੀ ਦੀ ਤੈਸੀ। ਓ ਜਾ ਕੇ ਗੱਡੀ ਚ ਬਹਿ ਜਾ, ਹੁਣ ਮੈਂ ਜਾਣਾ ਤੇ ਮੇਰਾ ਕੰਮ ਜਾਣੇ। ਗੱਡੀ ਚ ਬਹਿ ਜਾ ਭੈਣਾ ਜਾ ਕੇ। ਮੁਹਾਬਤ ਬਣ ਕੇ ਫਿਰਦਾ ਰਿਹਾ ਹੈ, ਤੁਸੀਂ ਮੈਨੂੰ ਜੱਗੇ ਦੇ ਖਿਲਾਫ ਮੈਦਾਨ ਲੜਾਉਂਦੇ ਰਹਿੰਦੇ ਹੋਏ। ਉਹ ਠੁੱਪ ਗੈਰਤਾ, ਚੱਲ ਜੱਗੇ ਵੱਲ ਨੂੰ ਤੁਰਨਾ ਸ਼ੁਰੂ ਕਰਦੇ। ਜਗਿਆ ਬਗੈਰ ਦਾ ਟੋਲਾ ਮੈਂ ਲਿਆ ਕੇ ਤੇਰੇ ਪੈਰਾਂ ਚ ਸੁੱਟ ਦਿੱਤਾ ਈ। ਓਏ ਰਾਜਾ, ਜੇ ਤੈਨੂੰ ਗੈਰਤ ਆਈ ਗਈ ਆ, ਓਏ ਇਹਨਾਂ ਬਦਮਾਸ਼ਾਂ ਨੂੰ ਮੈਂ ਆਪ ਸਜ਼ਾ ਦਾਂਗਾ। ਜਗਿਆ, ਇਹਨਾਂ ਨੂੰ ਸਜ਼ਾ ਦੀ ਮਾਫੀ ਇੱਕੋ ਹੀ ਸੂਰਤ ਵਿੱਚ ਹੋ ਸਕਦੀ ਆ, ਆਪਣੇ ਚਾਚੇ ਹੈਲਮਟ ਦੇ ਪੈਰਾਂ ਵਿੱਚ ਜਾ ਕੇ ਡਿੱਗ ਪੈਣ। ਚਲੋ ਉੱਠੋ, ਜਗਿਆ ਦੇ ਅੱਗੇ ਲੱਗ ਕੇ ਭੱਜਣਾ ਸ਼ੁਰੂ। ਚਲੋ ਚਲੋ ਬਾਬੇ ਹੈਲਮਟ ਦੀ ਮਿੰਨਤ ਕਰੋ। ਚਾਚਾ ਹੈਲਮਟ ਮਾਫ ਕਰ ਦੇ, ਗਲਤੀ ਹੋ ਗਈ ਯਾਰ, ਮਾਫ ਕਰ ਦੇ ਸਾਨੂੰ। ਚਾਚਾ ਹੈਲਮਟ ਮਾਫ ਕਰ ਦੇ ਯਾਰ ਸਾਨੂੰ, ਅਸੀਂ ਤੇਰੇ ਭਤੀਜੇ, ਸਾਡੇ ਕੋਲ ਗਲਤੀ ਹੋਈ ਯਾਰ। ਠੀਕ ਆ, ਜੇ ਤੁਹਾਨੂੰ ਅਕਲ ਆ ਹੀ ਗਈ ਆ, ਅੱਜ ਤੋਂ ਬਾਅਦ ਆਪਣੇ ਇਲਾਕੇ ਦੀ ਹਰ ਕੁੜੀ ਨੂੰ ਧੀ ਭੈਣ ਸਮਝਣਾ ਜੀ। ਠੀਕ ਹੋ ਗਿਆ ਚਾਚਾ, ਠੀਕ ਹੋ ਗਿਆ ਚਾਚਾ ਜੀ, ਠੀਕ ਹੋ ਗਿਆ। ਉਹ ਚਲੋ ਆਪਣੀ ਭੈਣ ਦੀ ਮਿੰਨਤ ਕਰੋ। ਭੈਣ ਅਸਾਂ ਗਲਤ ਸਾਂ, ਤੂੰ ਸੱਚੀ ਸਾਂ, ਮੈਂ ਤੇਰਾ ਆਸ਼ਕ ਬਣ ਕੇ ਤੇਰੇ ਪਿੱਛੇ ਪਿੱਛੇ ਫਿਰਦਾ ਰਿਹਾ, ਤੇ ਮੈਨੂੰ ਮਾਫ ਕਰ ਦੇ। ਭੈਣਾ ਮੈਨੂੰ ਵੀ ਮਾਫ ਕਰ ਦੇ। ਭੈਣਾ ਮੈਨੂੰ ਮਾਫ ਕਰ ਦੇ, ਮੈਂ ਵੀ ਤੇਰੇ ਤੇ ਬੜਾ ਜ਼ੁਲਮ ਕੀਤਾ। ਠੀਕ ਹੈ ਵੀਰੋ, ਤੁਸੀਂ ਗਲਤੀ ਕਰ ਲਈ ਹੈ ਨਾ, ਤੇ ਭੈਣਾ ਦੇ ਦਿਲ ਵੱਡੇ ਹੁੰਦੇ ਨੇ, ਮੈਂ ਤੁਹਾਨੂੰ ਮਾਫ ਕੀਤਾ। ਓ ਜਗਿਆ, ਮੈਂ ਤੇਰਾ ਬੜਾ ਸ਼ੁਕਰਗੁਜ਼ਾਰ ਹਾਂ, ਤੂੰ ਮੇਰੇ ਇਲਾਕੇ ਦੇ ਵਿੱਚ ਆ ਕੇ ਮੇਰੇ ਇਲਾਕੇ ਦੀਆਂ ਇੱਜ਼ਤਾਂ ਦੀ ਹਿਫਾਜ਼ਤ ਕਰਦਾ ਰਿਹਾ ਹੈ। ਓਏ ਰਾਕਟ ਬਦਮਾਸ਼, ਓਏ ਮੇਰੀ ਵੀ ਇੱਜ਼ਤ ਸੀ, ਓਏ ਮੇਰਾ ਆਪਣਾ ਵੀ ਹੱਕ ਬਣਦਾ ਸੀ। ਅਸਲਾਮ ਵਾਲੇਕੁਮ ਵੀਵਰਸ, ਹਮਾਰੀ ਫਿਲਮ ਦੇਖ ਲਈ ਹੈ ਨਾ, ਅਬ ਕਮੈਂਟ ਜ਼ਰੂਰ ਕਰਕੇ ਜਾਣਾ। ਅਸਲਾਮ ਵਾਲੇਕੁਮ ਵੀਵਰਸ, ਆਪਕੋ ਹਮਾਰੀ ਫਿਲਮ ਕੈਸੇ ਲਗੀ, ਆਪਨੇ ਦੇਖ ਤੋ ਲਈ ਹੈ,
लेकिन कमेंट में जरूर बताना है कि मेरी एक्टिंग आपको कैसी लगी है, ठीक है? लाजमी बता के जाना है, ऐसे मतलब, नहीं भागना। क्या मतलब आपकी एक्टिंग कुछ ज्यादा अच्छी है? ज्यादा अच्छी होने का मतलब यही है कि कोई प्यारे से मैसेज कर दे, कमेंट कर दे। जे दे बारे तुसी कमेंट कीता ते जग्गा तेनु आप पूछ लेगा। अच्छा कमेंट करना है ते जग्गे दे बारे करना है। चलो पता चल जाएगा कि कमेंट किसके बारे में अच्छे आते हैं, ठीक है? देखा जाएगा। अगर किसी ने जिया खान को कमेंट किया तो मैं बिल्कुल, मुझे अच्छा नहीं लगेगा, क्योंकि सबसे ज्यादा एक्टिंग तो जग्गे की है ना। लो जी, लो जी क्या? ये जो मेरे हाथों पे कान बन गए हैं, उंगलियां टूट गए हैं, ये घुटनों पे चोटें लगी हैं, मैंने एक्टिंग की है। वाकई ये बात सच्ची है, क्योंकि जब बदमाशों ने रोका तो काफी सारी चोटें लगी हैं, तो इस वजह से। चले हमें तो कमेंट से गर्व है गाइस, शुगर मेला कर रहे थे, मजाक कर रहे थे, तो कमेंट में जरूर बताना है। लेकिन फिल्म आपने देख ली है ना, तो अगर फिल्म अच्छी लगे, अगर क्या अच्छी लगेगी यार, तो फिल्म अच्छी लगे तो हमें ज़रूर एक छोटा सा या अच्छा सा मैसेज ज़रूर दे के जाना है कि हम, ताकि नेक्स्ट भी वीडियो बना सकें और हम उसका जवाब भी देंगे इंशाल्लाह। हम ज़रूर जवाब भी देंगे। तो बाबा हेलमेट, जिन्होंने वालिद का रोल अदा किया है, वो भी कुछ बात करेंगे। अस्सलाम वालेकुम जी, मेरा किरदार बहुत अच्छा है यार। गल सुनो मेरी, मैं बच्ची बनाई हाँ, लावारस बच्ची आ, मैं लावारस समझ के ये सिर ते प्यार दिता है मैं, और व्याई आ यार। फिल्म मेरी वेखो ते वेख के कुछ ना कुछ मेहरबानी करनी यार, लिख के जाना, ये गल को नहीं यार, वेखी आ एवें ना भज जियो, मेहरबानी तुहाडी, और कमेंट दियो यार। और वैसे भी बात सच्ची है कि इज्जत जो है ना, वो हर किसी की बराबर होती है, अगर कोई करना जानता हो तो ये हमारी बहन भी है, और हमने इसको बकायदा अपनी इज्जत भी समझा है। हमारे गांव वाले भी जिया खान की इज्जत करते हैं, और हमारे जो एक्टर हैं वो भी इसकी इज्जत करते हैं, इसको बेटी और बहन समझते हैं। तो बहुत शुक्रिया, आप लोगों ने फिल्म देखी, आपका धन्यवाद, तो थैंक यू, ओके, अल्लाह भाई जी। गई